ਪਾਠ 18ਵਾਂ ਕਹਾਣੀ ਰਚਨਾ ਕਮੰਡੀ ਗੁਲਾਬ ਇੱਕ ਬਗੀਚੇ ਵਿੱਚ ਬਹੁਤ ਹੀ ਸੋਹਣਾ ਗੁਲਾਬ ਦਾ ਫੁੱਲ ਖਿੜਿਆ ਸੀ ਉਸ ਗੁਲਾਬ ਨੂੰ ਆਪਣੀ ਖੂਬਸੂਰਤੀ ਤੇ ਬਹੁਤ ਕਮੰਡ ਸੀ ਪਰ ਉਸ ਨੂੰ ਇੱਕ ਗੱਲ ਦਾ ਦੁੱਖ ਸੀ ਕਿ ਉਸ ਦੀ ਕਿਆਰੀ ਵਿੱਚ ਹੀ ਪੱਦੇ ਕੈਕਟਸ ਵੀ ਲੱਗੇ ਸਨ ਗੁਲਾਬ ਹਰ ਰੋਜ਼ ਉਸ ਕੈਕਟਸ ਦੀ ਬਦਸੂਰਤੀ ਕਾਰਨ ਉਸ ਨੂੰ ਚੜਾਉਂਦਾ ਪਰ ਕੈਕਟਸ ਸ਼ਾਂਤ ਰਹਿੰਦਾ ਗਰਮੀਆਂ ਵਿੱਚ ਬਗੀਚੇ ਦੇ ਖੂਹ ਦਾ ਪਾਣੀ ਸੁੱਕ ਗਿਆ ਪੌਦਿਆਂ ਲਈ ਪਾਣੀ ਨਾ ਹੋਣ ਕਾਰਨ ਗੁਲਾਬ ਵੀ ਮੁਰਝਾਉਣ ਲੱਗ ਪਿਆ। ਗੁਲਾਬ ਨੇ ਇੱਕ ਚਿੜੀ ਨੂੰ ਕੈਕਟਸ ਦਾ ਪਾਣੀ ਪਿੰਦੇ ਵੇਖਿਆ। ਸ਼ਰਮਿੰਦਾ ਹੋ ਕੇ ਗੁਲਾਬ ਨੇ ਵੀ ਕੈਕਟਸ ਕੋਲੋਂ ਪਾਣੀ ਮੰਗਿਆ। ਦਿਆਲੂ ਕੈਕਟਸ ਨੇ ਗੁਲਾਬ ਨੂੰ ਪਾਣੀ ਦਿੱਤਾ। ਅੰਤ ਦੋਨੋਂ ਦੋਸਤ ਬਣ ਗਏ। ਸਿੱਖਿਆ ਕਦੇ ਵੀ ਕਿਸੇ ਦੀ ਬਾਹਰੀ ਖੂਬਸੂਰਤੀ ਨਹੀਂ ਸਗੋਂ ਅੰਦਰਲੇ ਗੁਣ ਪਹਿਚਾਣੋ। ਸ਼ਿਕਾਰੀ ਅਤੇ ਕਬੂਤਰ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਸ਼ਿਕਾਰੀ ਨੇ ਕਬੂਤਰਾਂ ਨੂੰ ਫੜਨ ਲਈ ਦਾਣੇ ਖਿਲਾਰ ਦਿੱਤੇ ਤੇ ਜਾਲ ਲਾ ਦਿੱਤਾ। ਜਦੋਂ ਕਬੂਤਰਾਂ ਨੇ ਦਾਣੇ ਵੇਖੇ ਤਾਂ ਉਹ ਦਾਣੇ ਚੁਗਣ ਲਈ ਪਹੁੰਚ ਗਏ। ਜਦੋਂ ਉਹ ਸਾਰੇ ਦਾਣੇ ਚੁਗ ਰਹੇ ਸਨ ਤਾਂ ਸ਼ਿਕਾਰੀ ਨੇ ਉਹਨਾਂ ਨੂੰ ਜਾਲ ਵਿੱਚ ਫਸਾ ਲਿਆ। ਸ਼ਿਕਾਰੀ ਬਹੁਤ ਖੁਸ਼ ਹੋਇਆ। ਕਬੂਤਰ ਘਬਰਾ ਗਏ। ਇੱਕ ਬੁੱਢੇ ਕਬੂਤਰ ਨੇ ਦੂਸਰੇ ਕਬੂਤਰ ਨੂੰ ਨਾ ਘਬਰਾਉਣ ਲਈ ਕਿਹਾ। ਉਸਨੇ ਸਾਰੇ ਕਬੂਤਰਾਂ ਨੂੰ ਇਕੱਠਿਆਂ ਜ਼ੋਰ ਲਾ ਕੇ ਉੱਡਣ ਲਈ ਕਿਹਾ ਕਬੂਤਰਾਂ ਨੇ ਰਲ ਕੇ ਜ਼ੋਰ ਲਾਇਆ ਤੇ ਜਾਲ ਸਮੇਤ ਉੱਡ ਗਏ ਸ਼ਿਕਾਰੀ ਇਹ ਵੇਖ ਕੇ ਬਹੁਤ ਦੁਖੀ ਹੋਇਆ ਮਗਰੋਂ ਕਬੂਤਰਾਂ ਦੀ ਮਿੱਤਰ ਚੂਹੀ ਨੇ ਉਹਨਾਂ ਦਾ ਜਾਲ ਕੱਟ ਦਿੱਤਾ ਤੇ ਉਹ ਸਾਰੇ ਖੁਸ਼ੀ-ਖੁਸ਼ੀ ਬਾਹਰ ਨਿਕਲ ਆਏ ਸਿੱਖਿਆ ਏਕੇ ਵਿੱਚ ਬਲ ਹੈ ਹਾਥੀ ਅਤੇ ਦਰਜੀ ਇੱਕ ਹਾਥੀ ਹਰ ਰੋਜ਼ ਨਦੀ ਤੇ ਨਹਾਉਣ ਲਈ ਜਾਇਆ ਕਰਦਾ ਸੀ ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਦਰਜੀ ਹਰ ਰੋਜ਼ ਹਾਥੀ ਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦਿੰਦਾ ਸੀ ਇੱਕ ਦਿਨ ਦਰਜੀ ਗੁੱਸੇ ਵਿੱਚ ਬੈਠਾ ਸੀ ਜਦੋਂ ਹਾਥੀ ਉਸ ਦੇ ਕੋਲ ਆਇਆ ਤਾਂ ਉਸ ਨੇ ਉਸ ਦੀ ਸੁੰਡ ਵਿੱਚ ਸੂਈ ਖੋਪ ਦਿੱਤੀ ਹਾਥੀ ਪੀੜ ਨਾਲ ਕਰਾਹ ਉੱਠਿਆ ਅਤੇ ਚੁੱਪਚਾਪ ਉੱਥੋਂ ਚਲਾ ਗਿਆ ਨਦੀ ਵਿੱਚ ਨਹਾਉਣ ਤੋਂ ਬਾਅਦ ਉਸ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ ਹਾਥੀ ਨੇ ਦਰਜੀ ਦੀ ਦੁਕਾਨ ਤੇ ਪਹੁੰਚ ਕੇ ਸਾਰਾ ਚਿੱਕੜ ਦੁਕਾਨ ਵਿੱਚ ਸੁੱਟ ਦਿੱਤਾ। ਦਰਜੀ ਦੇ ਸਾਰੇ ਕੱਪੜੇ ਖਰਾਬ ਹੋ ਗਏ। ਹੁਣ ਉਸ ਨੂੰ ਆਪਣੇ ਕੀਤੇ ਕੰਮ ਦਾ ਫਲ ਮਿਲ ਗਿਆ ਸੀ। ਸਿੱਖਿਆ ਜੈਸੇ ਨੂੰ ਤੈਸਾ। ਲੂੰਬੜੀ ਅਤੇ ਕਾਂ ਇੱਕ ਵਾਰੀ ਇੱਕ ਲੂੰਬੜੀ ਬਹੁਤ ਭੁੱਖੀ ਸੀ। ਉਹ ਭੋਜਨ ਦੀ ਭਾਲ ਵਿੱਚ ਇੱਕ ਬਾਗ ਵਿੱਚ ਪੁੱਜੀ। ਉੱਥੇ ਉਸ ਨੇ ਰੁੱਖ ਦੀ ਟਾਹਣੀ ਉੱਤੇ ਇੱਕ ਕਾਂ ਬੈਠਾ ਵੇਖਿਆ। ਕਾਂ ਦੀ ਚੁੰਝ ਵਿੱਚ ਪਨੀਰ ਦਾ ਟੁਕੜਾ ਸੀ। ਚਲਾਕ ਲੂੰਬੜੀ ਨੇ ਕਾਂ ਤੋਂ ਪਨੀਰ ਦਾ ਟੁਕੜਾ ਖੋਣ ਲਈ ਇੱਕ ਵਿਉਂਤ ਬਣਾਈ। ਉਹ ਕਾਂ ਨੂੰ ਬੜੇ ਹੀ ਪਿਆਰ ਨਾਲ ਆਖਣ ਲੱਗੀ, "ਕਾਵਾ ਕਾਵਾ ਤੇਰੀ ਆਵਾਜ਼ ਬੜੀ ਸੁਰੀਲੀ ਹੈ। ਤੂੰ ਕੋਈ ਗਾਣਾ ਤਾਂ ਸੁਣਾ।" ਇਹ ਕਹਿ ਕੇ ਅਗਾਹ ਤੁਰ ਪਈ ਕਿ ਉਹ ਫਿਰ ਕਿਸੇ ਦਿਨ ਉਸ ਦਾ ਗਾਣਾ ਸੁਨੇਗੀ। ਵਿਚਾਰਾ ਕਾਂ ਮੂੰਹ ਵੱਲ ਵੇਖਦਾ ਹੀ ਰਹਿ ਗਿਆ। ਕਾਂ ਲੂੰਬੜੀ ਦੀ ਚਾਪਲੂਸੀ ਨੂੰ ਸਮਝ ਨਾ ਸਕਿਆ ਉਸਨੇ ਗਾਣਾ ਸੁਣਾਉਣ ਲਈ ਜਿਉਂ ਹੀ ਆਪਣਾ ਮੂੰਹ ਖੋਲਿਆ ਪਨੀਰ ਥੱਲੇ ਡਿੱਗ ਪਿਆ ਲੂੰਬੜੀ ਨੇ ਪਨੀਰ ਦਾ ਟੁਕੜਾ ਚੁੱਕਿਆ ਅਤੇ ਇਹ ਕਹਿ ਕੇ ਅਗਾਹ ਤੁਰ ਪਈ ਕਿ ਉਹ ਫਿਰ ਕਿਸੇ ਦਿਨ ਉਸ ਦਾ ਗਾਣਾ ਸੁਨੇਗੀ ਵਿਚਾਰਾ ਕਾਂ ਮੂੰਹ ਵੱਲ ਵੇਖਦਾ ਹੀ ਰਹਿ ਗਿਆ ਸਿੱਖਿਆ ਚਾਪਲੂਸਾਂ ਤੋਂ ਬਚੋ ਇੱਕ ਦੁੱਧ ਦਾ ਗਲਾਸ ਇੱਕ ਗਰੀਬ ਮੁੰਡਾ ਅਖਬਾਰਾਂ ਵੇਚ ਕੇ ਆਪਣੇ ਸਕੂਲ ਦੀ ਫੀਸ ਦਿੰਦਾ ਸੀ ਇੱਕ ਦਿਨ ਅਖਬਾਰਾਂ ਵੇਚਦਿਆਂ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਉਸ ਨੂੰ ਭੁੱਖ ਵੀ ਲੱਗੀ ਸੀ ਉਸ ਨੇ ਕਈ ਘਰਾਂ ਤੋਂ ਖਾਣ ਲਈ ਕੁਝ ਮੰਗਿਆ ਪਰ ਸਭ ਨੇ ਮਨ੍ਹਾ ਕਰ ਦਿੱਤਾ ਅਖੀਰ ਇੱਕ ਘਰ ਵਿੱਚ ਰਹਿੰਦੀ ਕੁੜੀ ਤੋਂ ਉਸ ਨੇ ਪਾਣੀ ਮੰਗਿਆ ਉਸ ਮੁੰਡੇ ਦੀ ਹਾਲਤ ਵੇਖ ਕੇ ਕੁੜੀ ਨੇ ਉਸ ਨੂੰ ਪਾਣੀ ਦੀ ਥਾਂ ਦੁੱਧ ਦਾ ਗਲਾਸ ਲਿਆ ਕੇ ਦਿੱਤਾ ਕੁਝ ਸਾਲਾਂ ਬਾਅਦ ਉਹ ਕੁੜੀ ਬਿਮਾਰ ਪੈ ਗਈ ਉਸਨੇ ਕਈ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ ਅਖੀਰ ਪਿੰਡ ਦੇ ਵੱਡੇ ਡਾਕਟਰ ਕੋਲ ਗਈ ਪਰ ਉਸ ਕੋਲ ਡਾਕਟਰ ਦੀ ਫੀਸ ਦੇਣ ਲਈ ਪੈਸੇ ਨਹੀਂ ਸਨ ਉਹ ਬਿੱਲ ਵੇਖ ਕੇ ਹੈਰਾਨ ਹੋ ਗਈ ਜਿਸ ਉੱਤੇ ਲਿਖਿਆ ਸੀ ਇੱਕ ਗਲਾਸ ਦੁੱਧ ਦੀ ਕੀਮਤ ਇਹ ਬਿੱਲ ਚੁਕਾ ਚੁੱਕੀ ਹੈ ਸਿੱਖਿਆ ਚੰਗੇ ਕੀਤੇ ਕੰਮ ਕਦੀ ਬੇਕਾਰ ਨਹੀਂ ਜਾਂਦੇ